ਅਸਲਾਮ ਅਲੈਕੁਮ, ਬਿਸਮਿਲ੍ਲਾ ਰਹਿਮਾਨ ਰਹੀਮ। ਉਸਮਾਨ ਐਗਰੀਕਲਚਰ 'ਚ ਦੋਸਤਾਂ ਨੂੰ ਵੈਲਕਮ ਕਰਦੇ ਹਾਂ। ਅੱਜ ਗੱਲਾਂ ਮੰਡੀ ਦੇ ਅੰਦਰ ਸਾਰੇ ਜਨਾਜ਼ ਦੀ ਕੀ ਸੂਰਤ ਹਾਲ ਆ, ਸਪੈਸ਼ਲ ਗੰਦਮ ਦੀ ਕੀ ਸੂਰਤ ਹਾਲ ਆ, ਅਤੇ ਨਾਲ ਤੁਹਾਡੇ ਦੋਸਤਾਂ ਦੇ ਨਾਲ ਅੱਜ ਮਕਈ ਦਾ ਰੇਟ ਵੀ ਆਪਾਂ ਸ਼ੇਅਰ ਕਰਾਂਗੇ। ਤੋ ਇਸ ਤੋਂ ਪਹਿਲਾਂ ਮੇਰੇ ਦੋਸਤਾਂ ਨੂੰ ਗੁਜ਼ਾਰਿਸ਼ ਹੈ, ਜਿਹੜੇ ਦੋਸਤ ਚੈਨਲ 'ਤੇ ਨਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਦੋਸਤੋ ਤੁਹਾਨੂੰ ਹਰ ਤਰ੍ਹਾਂ ਦੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਅੱਜ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਰ੍ਹੋਂ ਦੀ। ਮਾਸ਼ਾਅੱਲਾ, ਸਰ੍ਹੋਂ ਜਿਹੜੀ ਆ 5,700 ਤੋਂ ਲੈ ਕੇ 6,000 ਰੁਪਏ ਤੀਕਰ ਫਰੋਖਤ ਹੋ ਰਹੀ ਆ। ਬਾਕੀ ਜਿਹੜੀ ਬਹੁਤ ਅੱਛੀ ਸਰ੍ਹੋਂ ਆ ਉਹ ਤਕਰੀਬਨ 6,100 ਰੁਪਏ 'ਚ ਵੀ ਫਰੋਖਤ ਹੋ ਰਹੀ ਆ। ਅਗਰ ਗੱਲ ਕੀਤੀ ਜਾਵੇ ਦੋਸਤੋ ਮੂੰਗੀ ਦੀ, ਮੂੰਗੀ ਦਾ ਰੇਟ ਵੀ ਅੰਦਰ ਮਾਸ਼ਾਅੱਲਾ ਜੀ ਬੜਾ ਇਜ਼ਾਫਾ ਦੇਖਣ ਤੋਂ ਮਿਲਦਾ ਪਿਆ। ਕੱਲ੍ਹ ਮੂੰਗੀ ਦਾ ਜਿਹੜਾ ਰੇਟ ਸੀਗਾ 9,100 ਰੁਪਇਆ ਰੇਟ ਸੀਗਾ, ਅੱਜ 8,500 ਤੋਂ ਲੈ ਕੇ 9,300 ਰੁਪਏ ਟੋਪ ਰੇਟ ਜਿਹੜਾ ਵਾ 9,300 ਰੁਪਏ 'ਚ ਫਰੋਖਤ ਹੋ ਰਿਹਾ ਵਾ। ਅਗਰ ਆਪਾਂ ਗੱਲ ਕਰੀਏ ਦੋਸਤੋ ਧਾਨ ਮੂੰਜੀ ਝੋਨੇ ਦੀ, ਝੋਨਾ 3,800 ਤੋਂ ਲੈ ਕੇ 4,300 ਰੁਪਏ ਤੀਕਰ ਫਰੋਖਤ ਹੋ ਰਿਹਾ ਵਾ, ਜਿਹਦੇ ਅੰਦਰ 1692-1509 ਕਾਇਨਾਤ ਸ਼ਾਮਲ ਆ। ਅਗਰ ਆਪਾਂ ਗੱਲ ਕਰਦੇ ਹਾਂ ਦੋਸਤੋ ਹੁਣ ਤਿਲ ਦੀ, ਤਿਲ ਮਾਸ਼ਾਅੱਲਾ 14,000 ਰੁਪਏ ਤੋਂ ਸਟਾਰਟ ਹੋ ਰਿਹਾ ਵਾ, 15,000 ਰੁਪਏ ਤੀਕਰ ਜਾ ਰਿਹਾ ਵਾ, ਪਹਿਲੇ 13,000 ਰੁਪਏ ਤੀਕਰ ਫਰੋਖਤ ਹੋ ਰਿਹਾ ਸੀ। ਹੁਣ ਆਪਾਂ ਗੱਲ ਕਰਨ ਲੱਗੇ ਹਾਂ ਦੋਸਤੋ ਮਕਈ ਦੀ, ਮਕਈ ਦੇ ਅੰਦਰ ਮਾਸ਼ਾਅੱਲਾ ਬੜਾ ਇਜ਼ਾਫਾ ਦੇਖਣ ਤੋਂ ਮਿਲਦਾ ਪਿਆ ਅੱਜ। ਕੱਲ੍ਹ ਜਿਹੜੀ ਮਕਈ ਸੀ 2,080 ਰੁਪਏ ਤੀਕਰ ਫਰੋਖਤ ਹੋਣ ਰਹੀ ਸੀ, 2,050 ਰੁਪਏ ਤੀਕਰ ਫਰੋਖਤ ਹੋਣ ਰਹੀ ਸੀ, ਅੱਜ 1,800 ਰੁਪਏ ਤੋਂ ਸਟਾਰਟ ਹੁੰਦੀ ਆ ਮਾਸ਼ਾਅੱਲਾ। 2,150 ਰੁਪਏ ਤੀਕਰ ਜਿਹੜੀ ਆ ਮਕਈ ਆ ਉਹ ਫਰੋਖਤ ਹੋਣ ਰਹੀ ਆ। ਹੁਣ ਆਪਾਂ ਗੱਲ ਕਰਨ ਲੱਗੇ ਹਾਂ ਕਪਾਸ ਦੀ, ਕਿਸਾਨ ਦੀ ਆਨ ਸ਼ਾਨ ਕਪਾਸ। ਕਪਾਸ 7,500 ਤੋਂ ਲੈ ਕੇ 8,300 ਰੁਪਏ ਤੀਕਰ ਫਰੋਖਤ ਹੋ ਰਹੀ ਆ। ਉਮੀਦ ਹੈ ਕਿ ਕਪਾਹ ਦੇ ਅੰਦਰ ਮਜ਼ੀਦ ਇਜ਼ਾਫਾ ਆਪਣੇ ਤੋਂ ਦੇਖਣ ਨੂੰ ਮਿਲੇਗਾ। ਹੁਣ ਆਪਾਂ ਗੱਲ ਕਰਨ ਲੱਗੇ ਹਾਂ ਦੋਸਤ ਗੰਦਮ ਦੀ। ਮਾਸ਼ਾਅੱਲਾ ਗੰਦਮ ਦੇ ਅੰਦਰ ਅੱਜ ਬੜੀ ਬੇਹਤਰੀ ਨਜ਼ਰ ਆ ਰਹੀ ਹੈ, ਤੁਸੀਂ ਵੇਖਦੇ ਪਏ ਹੋ ਮਾਸ਼ਾਅੱਲਾ ਮੰਡੀ ਦੇ ਅੰਦਰ ਗੰਦਮ ਆ ਚੁੱਕੀ। ਗੰਦਮ ਅੱਜ 2,700 ਰੁਪਏ ਤੀਕਰ ਗੰਦਮ ਫਰੋਖਤ ਹੋਈ ਆ।